ਕੋਠੀ ਵਰਗਾ ਆਪਾਂ ਮਕਾਨ ਲੈ ਕੇ ਪਹੁੰਚੇ ਅੱਜ, 11 ਮਰਲੇ ਜਗ੍ਹਾ ਹੈ, ਰੇਟ 9.5 ਲੱਖ ਰੁਪਈਆ। ਇੰਨੇ ਰੇਟ ਦੇ ਵਿੱਚ ਤੁਹਾਨੂੰ ਕਿਤੇ ਵੀ ਨਹੀਂ ਮਿਲਣਾ ਇਹੋ ਜਿਹਾ ਮਕਾਨ, ਗਰੰਟੀ ਹੈ ਜੀ। ਨਵੀਆਂ ਨਵੀਆਂ ਕੋਠੀਆਂ ਅਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਇੱਕ ਬੈੱਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ। ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਆਹ ਵੀਡੀਓ, ਤੁਹਾਡੇ ਕੋਲ ਵੀ ਮਕਾਨ ਹੈ, ਘਰ, ਕੋਠੀ ਕਿਸੇ ਵੀ ਏਰੀਆ 'ਚ ਵੇਚਣ ਵਾਸਤੇ ਹੈ, ਆਪਣਾ ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ, ਵਟਸਐਪ ਨੰਬਰ ਆਪਣਾ 7308026173। ਆਪਣੇ ਕੋਲ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ, 5 ਤੋਂ 7 ਫੋਟੋਆਂ ਜੇ ਤੁਸੀਂ ਐਡ ਕਰਵਾਉਣੀ ਹੈ, ਫਰੀ ਦੇ ਵਿੱਚ ਆਪਾਂ ਐਡ ਕਰਦੇ ਹਾਂ ਜੀ। ਜੇ 11 ਮਰਲੇ ਆਪਾਂ ਜਗ੍ਹਾ ਦੇਖੀਏ ਤਾਂ 11 ਮਰਲੇ ਬਹੁਤ ਜਗ੍ਹਾ ਹੋ ਜਾਂਦੀ ਹੈ, ਅਤੇ ਮਕਾਨ ਆਪਾਂ ਤੁਹਾਨੂੰ ਦਿਖਾ ਰਹੇ ਹਾਂ, 9.5 ਲੱਖ ਰੁਪਈਆ ਇਹਦੀ ਮੰਗ ਹੈਗੀ। ਬਾਕੀ ਕਹਿੰਦੇ ਸੀਗੇ ਮੌਕੇ 'ਤੇ ਹੋਰ ਵੀ ਐਡਜਸਟਮੈਂਟ ਕਰ ਲਾਂਗੇ, ਬਹਿ ਕੇ ਗੱਲਬਾਤ ਹੋ ਜੂਗੀ। ਅਤੇ ਤੁਸੀਂ ਦੇਖ ਰਹੇ ਹੋ ਸਭ ਤੋਂ ਪਹਿਲਾਂ ਤਾਂ ਬਾਥਰੂਮ ਏਰੀਆ ਆਪਾਂ ਨੂੰ ਮਿਲ ਜੂਗਾ, ਆ ਗਿਆ ਜੀ ਸਾਹਮਣੇ ਮੇਨ ਗੇਟ, ਮੇਨ ਗੇਟ ਦੇ ਲਾਗੇ ਆਪਾਂ ਨੂੰ ਬਾਥਰੂਮ ਮਿਲ ਜੂਗਾ ਇੱਕ ਪਾਸੇ, ਅਤੇ ਇੱਕ ਪਾਸੇ ਆਪਾਂ ਨੂੰ ਸਮਰਸੀਬਲ ਮੋਟਰ ਮਿਲ ਜੂਗੀ, ਅਤੇ ਇੱਥੇ ਹੀ ਆਪਾਂ ਨੂੰ ਮਿਲ ਜੂਗਾ ਆਪਣਾ ਕਿਚਨ। ਬਾਹਰਲਾ ਜਿਹੜਾ ਕੱਚਾ ਚੁੱਲ੍ਹਾ ਚੌਂਕਾ ਹੁੰਦਾ ਉਹ ਮਿਲ ਜੂਗਾ, ਅਤੇ ਇਹਦੇ ਨਾਲ ਹੀ ਅੰਦਰਲੇ ਪਾਸੇ ਆਪਾਂ ਨੂੰ ਆਪਣਾ ਕਿਚਨ ਮਿਲ ਜੂਗਾ, ਮੇਨ ਕਿਚਨ। ਅਤੇ ਕਿਚਨ ਦੇਖੋ ਜੀ ਬਹੁਤ ਵੱਡਾ ਕਿਚਨ ਹੈ, ਕੋਈ ਛੋਟਾ ਬਹੁਤਾ ਨਹੀਂ ਹੈਗਾ, ਬਹੁਤ ਵੱਡਾ ਇਹਨਾਂ ਨੇ ਬਣਵਾਇਆ ਹੋਇਆ, ਟਾਈਲਾਂ ਵਗੈਰਾ ਸਾਰੀਆਂ ਲਗਵਾ ਰੱਖੀਆਂ, ਵਧੀਆ ਪਾਣੀ ਦਾ ਇੱਥੇ ਪ੍ਰਬੰਧ ਹੈ, ਸਾਰਾ ਕੁਛ ਹੈ ਜੀ, ਰੰਗ ਵਗੈਰਾ ਇਹਨਾਂ ਨੇ ਕਰਵਾ ਰੱਖਿਆ, ਅਤੇ ਜਿੰਨੇ ਵੀ ਜੋੜੀਆਂ ਗੇਟ ਸਾਰਾ ਕੁਛ ਹੁੰਦਾ ਵਧੀਆ ਲੱਗਿਆ ਹੋਇਆ। ਨੀਚੇ ਫਰਸ਼ ਦੇਖੋ ਬਹੁਤ ਵਧੀਆ ਆਪਾਂ ਨੂੰ ਲੱਗਿਆ ਹੋਇਆ ਮਿਲ ਜੂਗਾ, ਅਤੇ ਰੇਟ ਬਹੁਤ ਘੱਟ ਹੈ ਜੀ, ਕਿਸੇ ਨੂੰ ਵੀ ਪਸੰਦ ਆਉਂਦਾ ਅਤੇ ਤੁਸੀਂ ਖਰੀਦ ਸਕਦੇ ਹੋ, ਮਾਲਕ ਦਾ ਨੰਬਰ ਤੁਹਾਨੂੰ ਆਪਾਂ ਦੇਵਾਂਗੇ। ਅਤੇ ਆਪਾਂ ਉੱਪਰ ਦੀ ਗੱਲ ਵੀ ਕਰਾਂਗੇ, ਕਿਉਂਕਿ ਉੱਪਰ ਵੀ ਇੱਕ ਕਮਰਾ ਬਣਿਆ ਹੋਇਆ, ਬਹੁਤ ਵੱਡਾ ਕਮਰਾ ਜੀ ਉੱਪਰ ਵੀ, ਅਤੇ ਬਾਥਰੂਮ ਏਰੀਆ ਵੀ ਆਪਾਂ ਨੂੰ ਉੱਪਰ ਵੀ ਮਿਲ ਜੂਗਾ, ਅਤੇ ਆਪਾਂ ਨੂੰ ਇੱਕ ਆਹ ਬਾਹਰਲੀ ਸਾਈਡ ਆਪਣਾ ਮਿਲ ਜੂਗਾ ਜੀ ਸਟੋਰ, ਬਾਹਰਲੇ ਪਾਸੇ ਵੀ ਸਟੋਰ ਹੈ ਅਤੇ ਅੰਦਰ ਵੀ ਬਣਿਆ ਹੋਇਆ, ਬਾਹਰਲਾ ਤੁਸੀਂ ਦੇਖ ਲਓ ਅਤੇ ਗੇਟ ਵਗੈਰਾ ਲੱਗੇ ਹੋਏ ਨੇ। ਜੇ ਆਪਾਂ ਨੀਚੇ ਫਰਸ਼ ਦੀ ਗੱਲ ਕਰੀਏ ਤਾਂ ਸਾਰੇ ਵਿਹੜੇ ਦੇ ਵਿੱਚ ਇਹਨਾਂ ਨੇ ਪਹਿਲਾਂ ਜਿਹੜੀਆਂ ਟੁਕੜੀਆਂ ਲੱਗਦੀਆਂ ਹੁੰਦੀਆਂ ਸੀਗੀਆਂ ਮਾਰਬਲ ਦੀਆਂ, ਉਹ ਲੱਗੀਆਂ ਹੋਈਆਂ ਸਾਰੇ ਕਿਤੇ। ਅਤੇ ਹੁਣ ਆਪਾਂ ਅੰਦਰ ਪਹੁੰਚ ਗਏ, ਜਿਵੇਂ ਕਿ ਤੁਸੀਂ ਦੇਖ ਰਹੇ ਹੋ ਆਹ ਸਾਰਾ ਆਪਣਾ ਲੋਬੀ ਏਰੀਆ ਆ ਗਿਆ, ਅਤੇ ਆਪਾਂ ਨੂੰ ਸਾਰਾ ਕੰਮ ਆ ਜਿਹੜਾ ਟੋਟਲੀ ਕਿਰਾਇਆ ਮਿਲੂਗਾ, ਅਤੇ ਕੋਈ ਆਪਾਂ ਨੂੰ ਮੁਰੰਮਤ ਕਰਵਾਉਣ ਦੀ ਲੋੜ ਨਹੀਂ, ਜਿਹਨੇ ਖਰੀਦਣਾ ਸਿੱਧਾ ਸਮਾਨ ਰੱਖਣਾ ਅਤੇ ਰਹਿਣਾ ਸ਼ੁਰੂ ਕਰਨਾ, ਕੋਈ ਮੁਰੰਮਤ ਕੋਈ ਕੰਮ ਨਹੀਂ ਭਾਲਦਾ ਹੈਗਾ। ਅਤੇ ਆਪਾਂ ਨੂੰ ਮਿਲ ਜੂਗਾ ਆਹ ਫਸਟ ਬੈੱਡਰੂਮ, ਬੈੱਡਰੂਮ ਦੇਖੋ ਤੁਸੀਂ ਬਹੁਤ ਖੁੱਲ੍ਹਾ ਡੁੱਲਾ, ਅਤੇ ਇਹਦੇ ਵਿੱਚ ਹੀ ਆਪਾਂ ਨੂੰ ਅਟੈਚ ਮਿਲ ਜੂਗਾ ਸਟੋਰ ਰੂਮ ਇਹਦੇ ਅੰਦਰ ਹੀ, ਅਤੇ ਸਾਹਮਣੇ ਇਹਨਾਂ ਨੇ ਪੂਜਾ ਰੂਮ ਬਣਾਇਆ ਹੋਇਆ, ਅਤੇ ਸਟੋਰ ਰੂਮ ਆਪਾਂ ਨੂੰ ਕਾਫੀ ਖੁੱਲ੍ਹਾ ਡੁੱਲਾ ਮਿਲ ਜੂਗਾ, ਜਿਵੇਂ ਕਿ ਤੁਸੀਂ ਦੇਖ ਰਹੇ ਹੋ, ਤੁਸੀਂ ਦੇਖ ਰਹੇ ਹੋ ਇਹਨਾਂ ਨੇ ਆਪਦਾ ਸਮਾਨ ਅਤੇ ਪੇਟੀਆਂ ਰੱਖੀਆਂ ਹੋਈਆਂ। ਬਾਕੀ ਰੰਗ ਆਹ ਜਿਹੜਾ ਬੈੱਡਰੂਮ ਹੈ ਕਰਵਾਇਆ ਹੋਇਆ, ਅਤੇ ਇਹਦੇ ਵਿੱਚ ਏਸੀ ਵੀ ਲੱਗਿਆ ਹੋਇਆ ਸੀਗਾ, ਏਸੀ ਦੀ ਫੀਟਿੰਗ ਆਪਾਂ ਨੂੰ ਮਿਲ ਜੂਗੀ। ਅਤੇ ਸੈਕਿੰਡ ਬੈੱਡਰੂਮ 'ਚ ਵੀ ਆਪਾਂ ਚੱਲਦੇ ਹਾਂ, ਜਿਹੜਾ ਸੈਕਿੰਡ ਬੈੱਡਰੂਮ ਹੈ ਉਹ ਤੁਹਾਨੂੰ ਮੈਂ ਦੱਸ ਦੇਣਾ ਜੀ, ਬੈੱਡਰੂਮ ਬਹੁਤ ਵੱਡਾ ਹੈਗਾ, ਬਹੁਤ ਖੁੱਲ੍ਹਾ ਡੁੱਲਾ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ। ਜੇ ਆਪਾਂ ਇਹਦੇ ਵਿੱਚ ਇੱਕ ਕੰਧ ਕੱਢ ਦਈਏ ਤਾਂ ਟੋਟਲ ਆਪਾਂ ਨੂੰ 3 ਬੈੱਡਰੂਮ ਮਿਲ ਜਾਣਗੇ, ਤੁਸੀਂ ਆਪ ਹੀ ਦੇਖ ਲਓ 3 ਬੈੱਡਰੂਮ ਹੋ ਜਾਣਗੇ। ਵੈਸੇ ਤਾਂ 2 ਹੈ ਜੀ, ਗੱਲ ਹੈ ਜੀ ਕਹਿਣ ਦੀ, ਜੇ ਆਪਾਂ ਕਦੇ ਕਰਵਾਉਣੇ ਵੀ ਹੋਵੇ ਤਾਂ ਵਿਚਾਲੇ ਬਸ ਇੱਕ ਸੈਂਟਰ 'ਚ ਕੰਧ ਨਿਕਲੂਗੀ, ਆਪਾਂ ਕਦੇ ਮਤਲਬ ਕਿ ਜ਼ਿਆਦਾ ਬੈੱਡਰੂਮ ਦੀ ਆਪਾਂ ਨੂੰ ਲੋੜ ਪਈ ਅੱਗੇ ਜਾ ਕੇ ਤਾਂ ਆਪਾਂ 3 ਬੈੱਡਰੂਮ ਕਰ ਸਕਦੇ ਹਾਂ, ਬਾਕੀ ਲੋੜ ਤਾਂ ਹੈ ਨਹੀਂ ਕਮਰਾ, ਕਿਉਂਕਿ ਬਹੁਤ ਵੱਡਾ ਖੁੱਲ੍ਹਾ ਡੁੱਲਾ ਹੈ ਅਤੇ ਸਾਰਾ ਕੁਛ ਤੁਸੀਂ ਦੇਖ ਰਹੇ ਹੋ। ਬਾਕੀ ਜੋੜੀਆਂ ਜੁੜੀਆਂ ਸਾਰੀਆਂ ਲੱਗੀਆਂ ਹੋਈਆਂ, ਰੇਟ ਵੀ ਬਹੁਤ ਘੱਟ ਹੈ, ਸਿਰਫ 9,50,000। ਅਤੇ ਦੇਖੋ ਤੁਸੀਂ ਵਿਹੜਾ ਦੇਖੋ, ਬਹੁਤ ਸੋਹਣਾ ਘਰ ਹੈ ਜੀ, ਮੈਂ ਪਰਸਨਲੀ ਦੱਸਾਂ, ਮੇਰੇ ਵੱਲੋਂ ਦੱਸਾਂ ਤਾਂ ਮੈਨੂੰ ਬਹੁਤ ਪਸੰਦ ਆਇਆ।
ਕਿਉਂਕਿ ਸੋਹਣਾ ਇਹਨਾਂ ਨੇ ਬਣਾਇਆ ਹੋਇਆ ਅਤੇ ਹੈ ਵੀ ਸੋਹਣਾ। ਬਾਕੀ ਉੱਪਰ ਜਾਣ ਵਾਸਤੇ ਆਪਾਂ ਨੂੰ ਪੌੜੀਆਂ ਇੱਕ ਪਾਸੋਂ ਦੀ ਮਿਲ ਜਾਣਗੀਆਂ ਅਤੇ ਉੱਪਰ ਵੀ ਆਪਾਂ ਨੂੰ ਬੈੱਡਰੂਮ ਮਿਲ ਜੂਗਾ, ਇੱਕ ਕਮਰਾ ਪਾਇਆ ਹੋਇਆ ਜੀ, ਕਾਫੀ ਵੱਡਾ ਬਣਿਆ ਹੋਇਆ। ਉੱਪਰ ਵੀ ਆਪਾਂ ਨੂੰ ਬਾਥਰੂਮ ਏਰੀਆ ਮਿਲ ਜੂਗਾ, ਸਾਹਮਣੇ ਆਪਾਂ ਨੂੰ ਕਾਫੀ ਜਗ੍ਹਾ ਵੀ ਮਿਲ ਜੂਗੀ ਅਤੇ ਸਾਰੀ ਜਿਹੜੀ ਛੱਤ ਹੈ ਇਹਨਾਂ ਨੇ ਪੱਕੀ ਕਰਵਾਈ ਹੋਈ ਹੈ ਅਤੇ ਉੱਪਰ ਕਮਰੇ ਦੇ ਉੱਪਰ ਜਾਣ ਵਾਸਤੇ ਵੀ ਇੱਕ ਪਾਸੇ ਇਹਨਾਂ ਨੇ ਪੌੜੀਆਂ ਚੜ੍ਹਾਈਆਂ ਹੋਈਆਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ। ਅਤੇ ਕੰਮ ਇਹਨਾਂ ਨੇ ਵਧੀਆ ਸ਼ੌਂਕ ਨਾਲ ਸਾਰਾ ਕਰਵਾਇਆ ਹੋਇਆ, ਪੌੜੀਆਂ ਉੱਪਰ ਤੋਂ ਉੱਪਰ ਜਾਣ ਵਾਸਤੇ ਵੀ ਇਹਨਾਂ ਨੇ ਬਣਾਈਆਂ ਹੋਈਆਂ, ਨਹੀਂ ਤਾਂ ਕੌਣ ਬਣਾਉਂਦਾ ਜੀ, ਤੁਹਾਨੂੰ ਪਤਾ ਹੀ ਹੈ, ਪਰ ਇਹਨਾਂ ਨੇ ਬਣਵਾਈਆਂ ਹੋਈਆਂ। ਅਤੇ ਬਾਹਰਲੀ ਸਾਈਡ ਵੀ ਆਪਾਂ ਨੂੰ ਇੱਕ ਪਾਸੇ ਕਾਫੀ ਜਗ੍ਹਾ ਮਿਲ ਜਾਊਗੀ ਜਿਵੇਂ ਕਿ ਤੁਹਾਨੂੰ ਮੈਂ ਦਿਖਾਈ ਰਿਹਾ। ਅਤੇ ਵਧੀਆ ਬਣਿਆ ਹੋਇਆ ਜੀ ਸਾਰਾ ਕੁਛ, ਕਮੀ ਪੇਸ਼ੀ ਕਿਸੇ ਤਰ੍ਹਾਂ ਦੀ ਕੋਈ ਆਪਾਂ ਨੂੰ ਨਹੀਂ ਮਿਲਣੀ, ਹਰ ਕੰਮ ਬਹੁਤ ਰੀਝਾਂ ਨਾਲ ਸ਼ੌਂਕ ਨਾਲ ਇਹਨਾਂ ਨੇ ਕਰਵਾਇਆ ਹੋਇਆ ਹੈ। ਅਤੇ ਜਿਹਨੂੰ ਵੀ ਪਸੰਦ ਆਇਆ ਜੀ, ਤੁਸੀਂ ਜਾ ਕੇ ਦੇਖਣਾ ਹੋਵੇ ਤਾਂ ਤੁਹਾਨੂੰ ਮੈਂ ਲੋਕੇਸ਼ਨ ਕਨਫਰਮ ਕਰਵਾ ਦਿੰਦਾ ਜੀ। ਫਗਵਾੜਾ ਇਹਨਾਂ ਦਾ ਏਰੀਆ ਜੀ, ਫਗਵਾੜੇ ਤੋਂ 6 ਕਿਲੋਮੀਟਰ ਦੀ ਦੂਰੀ 'ਤੇ ਇਹਨਾਂ ਦਾ ਪਿੰਡ ਹੈ ਸੰਗਤਪੁਰ, ਕਿਲ੍ਹੇ ਦੇ ਕੋਲ ਇਹਨਾਂ ਦਾ ਘਰ ਹੈ ਜੀ ਆਹ। ਅਤੇ ਇਹਨਾਂ ਨੇ ਬਾਹਰ ਜਾਣਾ ਜੀ, ਬਸ ਤਾਂ ਕਰਕੇ ਇਹਨਾਂ ਨੇ ਸੇਲ ਕਰਨਾ, ਮਾਲਕ ਨੇ ਸਾਰਾ ਕੁਛ ਆਪਾਂ ਨੂੰ ਦੱਸਿਆ ਅਤੇ ਜਿਹੜੀ ਜਾਣਕਾਰੀ ਮਾਲਕ ਨੇ ਦਿੱਤੀ ਹੈ ਉਹੀ ਤੁਹਾਨੂੰ ਮੈਂ ਦੱਸ ਰਿਹਾ ਗਾ। ਬਸ ਬਾਹਰ ਦਾ ਪਲੈਨ ਬਣ ਗਿਆ ਇਹਨਾਂ ਦਾ, ਤਾਂ ਕਰਕੇ ਬਸ ਇਹਨਾਂ ਨੇ ਸੇਲ ਕਰਨਾ, ਹੋਰ ਕੋਈ ਕਮੀ ਪੇਸ਼ੀ ਜਾਂ ਕੁਛ ਆਪਾਂ ਨੂੰ ਹੋਰ ਨਹੀਂ ਮਿਲਣਾ ਜੀ। ਬਾਕੀ ਉੱਪਰ ਵੀ ਸਾਰਾ ਵਧੀਆ ਬਣਿਆ ਹੋਇਆ, ਨੀਚੇ ਵੀ ਵਧੀਆ ਬਣਿਆ ਹੋਇਆ, 11 ਮਰਲੇ ਬਹੁਤ ਡਬਲ ਜਗ੍ਹਾ ਹੋ ਜਾਂਦੀ ਹੈ, ਤੁਹਾਨੂੰ ਆਪ ਨੂੰ ਵੀ ਪਤਾ ਹੀ ਹੈ ਜੀ, ਅਤੇ ਤੁਸੀਂ ਘਰ ਸਾਰਾ ਦੇਖ ਹੀ ਲਿਆ, ਤੁਹਾਨੂੰ ਸਾਰਾ ਕੁਛ ਪਤਾ ਲੱਗ ਹੀ ਗਿਆ ਹੋਊਗਾ। ਅਤੇ ਰੇਟ ਕਿੰਨਾ ਕੁ ਹੈ, 9,50,000। ਤੁਸੀਂ ਬਹੁਤ ਜ਼ਿਆਦਾ ਕਮੈਂਟ ਕੀਤੇ ਸੀਗੇ, ਬਹੁਤ ਸਾਰੀਆਂ ਮੇਰੀਆਂ ਭੈਣਾਂ ਦੀ, ਮੇਰੀਆਂ ਮਾਤਾਵਾਂ ਦੀ, ਮੇਰੇ ਵੱਡੇ ਬਜ਼ੁਰਗਾਂ ਦੀ, ਮੇਰੇ ਭਰਾਵਾਂ ਦੇ ਫੋਨ ਵੀ ਆਉਂਦੇ ਰਹਿੰਦੇ ਹੈ ਅਤੇ ਕਮੈਂਟ ਵੀ ਆਉਂਦੇ ਰਹਿੰਦੇ ਹੈ ਅਤੇ ਸਾਰੇ ਮੈਂ ਕਮੈਂਟ ਦੇਖਦਾ ਹੁੰਦਾ ਅਤੇ ਸਾਰੇ ਕਮੈਂਟ ਤੁਹਾਡੇ ਮੈਂ ਲਾਈਕ ਕਰਦਾ ਹੁੰਦਾ। ਚਾਹੇ ਤੁਸੀਂ ਆਪਦਾ ਕਮੈਂਟ ਚੈੱਕ ਕਰ ਲਓ ਜਾ ਕੇ, ਕੋਈ ਵੀ ਕਮੈਂਟ ਜੇ ਤੁਸੀਂ ਕੀਤਾ ਹੋਇਆ ਹੈ ਅਤੇ ਸਾਰੇ ਮੈਂ ਕਮੈਂਟ ਚੈੱਕ ਕਰਦਾ ਹੁੰਦਾ। ਤੁਸੀਂ ਕਹਿੰਦੇ ਸੀਗੇ ਕੋਈ 10 ਲੱਖ ਤੋਂ ਥੱਲੇ ਵਧੀਆ ਮਕਾਨ ਬਣਿਆ ਹੋਵੇ ਅਤੇ ਤੁਸੀਂ ਕਹਿੰਦੇ ਸੀਗੇ ਸਾਨੂੰ ਦਿਖਾਓ ਕੋਈ ਫਗਵਾੜੇ ਦੇ ਲਾਗੇ ਤਾਗੇ ਹੋਵੇ ਅਤੇ ਆਪਾਂ ਲੈ ਕੇ ਪਹੁੰਚੇ ਹਾਂ ਜੀ ਫਗਵਾੜਾ ਏਰੀਆ। 6 ਕਿਲੋਮੀਟਰ ਦੂਰ ਹੈ ਫਗਵਾੜੇ ਤੋਂ, 6 ਕਿਲੋਮੀਟਰ ਕੋਈ ਜ਼ਿਆਦਾ ਨਹੀਂ ਹੁੰਦਾ ਜੀ, ਸ਼ਹਿਰ ਦੇ ਲਾਗੇ ਹੀ ਆ ਗਿਆ ਜਮਾਂ, ਪਿੰਡ ਸੰਗਤਪੁਰ ਕਿਲ੍ਹੇ ਦੇ ਕੋਲ ਆਹ ਘਰ ਆਪਾਂ ਨੂੰ ਮਿਲੂਗਾ ਅਤੇ 9.5 ਲੱਖ ਰੁਪਇਆ ਡਿਮਾਂਡ ਹੈ। ਬਾਕੀ ਨੰਬਰ ਤੁਹਾਨੂੰ ਮਿਲ ਗਏ ਹੋਣਗੇ ਮਾਲਕ ਦੇ ਨੰਬਰ ਆਪਾਂ 2-3 ਵਾਰੀ ਲਿਖਤੇ ਸੀਗੇ, ਤੁਹਾਨੂੰ ਕਨਫਰਮ ਵੀ ਮੈਂ ਕਰਵਾ ਦਿੰਦਾ, 98033241138। ਦੁਬਾਰਾ ਫਿਰ ਤੋਂ ਮੈਂ ਕਨਫਰਮ ਤੁਹਾਨੂੰ ਕਰਵਾ ਦਿੰਦਾ ਜੀ, 98033241138 ਨੰਬਰ 'ਤੇ ਗੱਲ ਤੁਸੀਂ ਆਪੇ ਕਰ ਲਿਓ ਜੇ ਕਿਸੇ ਨੂੰ ਆਹ ਘਰ ਪਸੰਦ ਆਵੇ। ਬਾਕੀ ਪਸੰਦ ਨਾ ਆਵੇ ਇਹੋ ਜਿਹੀ ਚੀਜ਼ ਤਾਂ ਕੋਈ ਹੈ ਹੀ ਨਹੀਂ, ਕਿਉਂਕਿ ਵਧੀਆ ਬਣਿਆ ਹੋਇਆ ਜੀ, ਪਸੰਦ ਤੁਹਾਨੂੰ ਸਾਰਿਆਂ ਨੂੰ ਆਇਆ ਹੋਊਗਾ, ਮੈਨੂੰ ਪੱਕਾ ਪਤਾ ਜੀ, ਫੁੱਲ ਗਰੰਟੀ ਹੈ ਜੀ ਮੇਰੇ ਵੱਲੋਂ। ਅਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜ਼ਰੂਰ ਦੱਸੋ ਜੀ ਮੈਨੂੰ ਕਮੈਂਟ ਕਰਕੇ, ਮੈਨੂੰ ਦੱਸਿਓ ਲਾਜ਼ਮੀ, ਤੁਹਾਡੇ ਖਾਤਰ ਬਹੁਤ ਮਿਹਨਤ ਕਰਦੇ ਹਾਂ ਜੀ ਆਪਾਂ, ਅਤੇ ਆਪਾਂ ਜਿਹੜੀ ਐਡ ਕਰਦੇ ਹਾਂ ਕਿਸੇ ਤੋਂ ਆਪਾਂ ਕਮਿਸ਼ਨ, ਕੋਈ ਖਰਚਾ, ਕੋਈ ਦਲਾਲੀ ਕੁਛ ਨਹੀਂ ਲੈਂਦੇ, ਬਿਲਕੁਲ ਫਰੀ ਦੇ ਵਿੱਚ ਆਪਾਂ ਸਾਰਾ ਕੰਮ ਕਰਦੇ ਹਾਂ। ਤੁਸੀਂ ਲਾਜ਼ਮੀ ਦੱਸਿਆ ਕਰੋ ਵੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗਦੀ ਹੈ, ਅਤੇ ਵਧੀਆ ਲੱਗਦੀ ਹੈ ਵੀਡੀਓ ਤਾਂ ਲਾਈਕ ਸ਼ੇਅਰ ਲਾਜ਼ਮੀ ਕਰਦਿਆ ਕਰੋ। ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਜੀ, ਉਹਨੂੰ ਜ਼ਰੂਰ ਦੱਬ ਦਿਓ। ਅਤੇ ਆਪਾਂ ਹਰ ਰੋਜ਼ ਨਵੀਆਂ ਕੋਠੀਆਂ ਘਰ ਮਕਾਨ ਲੈ ਕੇ ਆਉਂਦੇ ਰਹਿੰਦੇ ਹਾਂ ਹਰ ਏਰੀਏ 'ਚੋਂ, ਤੁਹਾਨੂੰ ਵੀ ਅਗਲੀ ਵੀਡੀਓ ਆਪਣੀ ਦੇਖਣੀ ਹੈ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜੀ, ਸਬਸਕ੍ਰਾਈਬ ਦਾ ਜਿਹੜਾ ਬਟਨ ਹੈ ਉਹਨੂੰ ਜ਼ਰੂਰ ਦੱਬ ਦਿਓ। ਅਤੇ ਅਗਲੀ ਵੀਡੀਓ ਤੁਹਾਨੂੰ ਕਿਹੜੇ ਏਰੀਏ 'ਚੋਂ, ਕਿਹੜੇ ਸ਼ਹਿਰ ਪਿੰਡ ਤੋਂ ਚਾਹੀਦੀ ਹੈ, ਕਿਹੋ ਜਿਹਾ ਮਕਾਨ ਕਿੰਨੇ ਰੇਟ ਦੇ ਵਿੱਚ ਚਾਹੀਦਾ,
ਕਮੈਂਟ ਮੈਨੂੰ ਲਾਜ਼ਮੀ ਕਰ ਦਿਓ। ਅਤੇ ਕਿਸੇ ਨੇ ਆਪਦਾ ਘਰ ਕੋਠੀ ਮਕਾਨ ਕੁਛ ਵੀ ਵੇਚਣਾ ਭੇਜੋ ਆਪਣੇ ਕੋਲ, ਆਪਣਾ ਨੰਬਰ ਉੱਪਰ ਹਮੇਸ਼ਾ ਵਾਰ ਵਾਰ ਚੱਲਦਾ ਰਹਿੰਦਾ ਜੀ 7308 26 73। ਬਸ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਆਹ ਕੁਛ ਆਪਣੇ ਕੋਲ ਭੇਜ ਦਿਓ।